ਸਾਡੇ ਜੀ ਇੱਥੇ ਸਮਾਰਟ ਸਿਟੀ ਦੇ ਜਿਹੜੇ ਕੈਮਰੇ ਲੱਗ ਰਹੇ ਸੀਗੇ, ਅੱਜ ਕਾਫੀ ਕੈਮਰੇ ਜਿਹੜੇ ਸਾਡੇ ਹੁਣ ਚਾਲੂ ਹੋ ਗਏ, ਕੁਛ ਅਜੇ ਚਾਲੂ ਹੋਣ ਵਾਲੇ ਆ। ਔਰ ਜਿਹੜੀਆਂ ਸਾਡੀਆਂ ਟੀਮਾਂ ਇੱਥੇ ਸਿਖਲਾਈ ਰਹਿ ਰਹੀਆਂ, ਮੈਂ ਉਹਨਾਂ ਨੂੰ ਚੈੱਕ ਕਰਨ ਵਾਸਤੇ ਆਇਆ ਸੀ। ਔਰ ਨਾਲ ਮੈਂ ਕੈਮਰਿਆਂ ਦਾ ਦੇਖਣਾ ਆਇਆ ਸੀ ਵੀ ਕਿੰਨੇ ਕੈਮਰੇ ਉਹਦੀ ਲੋਕੈਲਿਟੀ ਕਿਸ ਤਰ੍ਹਾਂ ਦੀ ਹੈ, ਕਿਸ ਤਰ੍ਹਾਂ ਉਹਦਾ ਆ ਰਿਹਾ, ਉਹਦੇ ਵਿੱਚ ਸਾਰਾ ਕੁਛ ਉਹ ਮੈਂ ਚੀਜ਼ਾਂ ਚੈੱਕ ਕਰਨ ਆਇਆ। ਤਾਂ ਮੈਨੂੰ ਕਾਫੀ ਉਮੀਦ ਆ ਕਿ ਜਿਹੜੇ ਬਾਕੀ ਸਾਡੇ ਬਚ ਗਏ ਨੇ ਉਹ ਵੀ ਹੁਣ ਜਲਦ ਲੱਗ ਜਾਣਗੇ। ਔਰ ਜਦੋਂ ਪੂਰੇ ਲੱਗ ਜਾਂਦੇ ਆ ਤਾਂ ਫਿਰ ਤੁਹਾਨੂੰ ਬਕਾਇਦਾ ਬੁਲਾਇਆ ਜਾਊਗਾ ਔਰ ਇਹਦਾ ਆਪਾਂ ਪੂਰਾ ਉਦਘਾਟਨ ਕਰਾਂਗੇ। ਔਰ ਫਿਰ ਪੂਰਾ ਸ਼ਹਿਰ ਵਾਸੀਆਂ ਨੇ ਜਿੱਥੇ ਕਿਤੇ ਵੀ ਕੋਈ ਟ੍ਰੈਫਿਕ ਦੀ ਕੋਈ ਉਲੰਘਣਾ ਕਰਦਾ ਜਾਂ ਕੋਈ ਕਾਨੂੰਨ ਨੂੰ ਹੱਥ 'ਚ ਲੈਂਦਾ ਤਾਂ ਉਹਦੇ 'ਤੇ ਫਿਰ ਆਟੋਮੈਟਿਕ ਹੀ ਜਿਵੇਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਉਹਦੇ ਘਰ ਚਲਾਨ ਚਲੇ ਜਾਂਦਾ, ਉਹ ਵੀ ਹੁਣ ਆਉਣ ਵਾਲੇ ਦਿਨਾਂ 'ਚ ਚਲ ਜਿਆ ਕਰਨਾ। ਇਸ ਕਰਕੇ ਮੈਂ ਅਪੀਲ ਕਰਦਾ ਤੁਹਾਡੇ ਜ਼ਰੀਏ ਕਿ ਲੋਕ ਇਸ ਚੀਜ਼ ਤੋਂ ਅਵੇਅਰ ਹੋ ਜਾਣ, ਪਹਿਲਾਂ ਹੀ ਆਪਣੀ ਆਦਤ ਨੂੰ ਇਸ ਤਰ੍ਹਾਂ ਦਾ ਬਣਾ ਲੈਣ ਕਿ ਜਿੱਥੇ ਕਿਤੇ ਵੀ ਕੋਈ ਰੈੱਡ ਲਾਈਟ ਆ ਜਾਂ ਜਿੱਥੋਂ ਕਿਤੇ ਆਪਾਂ ਕੋਈ ਯੂ ਟਰਨ ਲੈਣੀ ਆ ਕਰਨਾ ਆ ਉਹ ਪ੍ਰੋਪਰ ਜੋ ਕਾਨੂੰਨ ਮੁਤਾਬਕ ਟ੍ਰੈਫਿਕ ਦੇ ਮੁਤਾਬਕ ਉਹਦੇ ਨਾਲ ਕਰੀਏ। ਔਰ ਹਰ ਸ਼ਹਿਰ ਪੂਰੇ ਸ਼ਹਿਰ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਹੁਣ ਸਾਡੀ ਨਜ਼ਰ ਹੋਊਗੀ, ਕੋਈ ਲੜਾਈ ਝਗੜਾ ਨਾ ਕਰੀਏ, ਆਪਣੀ ਗੱਡੀ ਨੂੰ ਤੇਜ਼ ਰਫ਼ਤਾਰ 'ਤੇ ਨਾ ਚਲਾਈਏ, ਕੋਈ ਟੱਕਰ ਨਾ ਮਾਰੀਏ ਕਿਸੇ ਨੇ, ਇਹ ਚੀਜ਼ਾਂ ਸਾਰੀਆਂ ਹੁਣ ਧਿਆਨ 'ਚ ਰੱਖਣ ਦੀ ਲੋੜ ਆ ਹਰ ਇੱਕ ਨੂੰ। ਸਰ ਅੰਮ੍ਰਿਤਸਰ 'ਚ ਕਿੰਨੇ ਕੈਮਰੇ ਲੱਗੇ ਆ? ਇਹ ਜੀ 1114 ਕੈਮਰੇ ਲੱਗ ਰਹੇ ਨੇ ਸਮਾਰਟ ਸਿਟੀ 'ਚ, ਜਿਹਦੇ ਵਿੱਚ ਹੁਣ ਕਰੀਬ ਕੋਈ ਜਿਹੜਾ 700 ਦੇ ਲਾਗੇ ਕੈਮਰਾ ਲੱਗ ਚੁੱਕਾ ਔਰ ਥੋੜ੍ਹੇ ਦਿਨਾਂ ਤੱਕ ਹੀ ਜਿਹੜੇ ਬਾਕੀ ਬਚੇ ਉਹ ਵੀ ਲੱਗ ਜਾਣੇ। ਸਰ ਬਾਈਪਾਸ ਰੋਡਾਂ ਉੱਤੇ ਲੱਗੇ ਆ ਕਿ ਮਹੱਲਿਆਂ 'ਚ ਲੱਗੇ ਕੈਮਰੇ? ਦੇਖੋ ਇਹ ਸਾਰੇ ਜਿਵੇਂ ਬਾਹਰ ਦੇ ਸ਼ਹਿਰ ਤੋਂ ਜਦੋਂ ਆਪਣੇ ਨਾਲ ਦੇ ਡਿਸਟ੍ਰਿਕਟ 'ਚੋਂ ਆਪਾਂ ਇਸ ਸ਼ਹਿਰ ਦੇ ਵਿੱਚ ਐਂਟਰੈਂਸ ਕਰਦੇ ਹਾਂ ਤਾਂ ਉਹ ਸਾਰੇ ਰੋਡ ਕਵਰ ਕੀਤੇ ਆ, ਉਸ ਤੋਂ ਇਲਾਵਾ ਪੂਰਾ ਸ਼ਹਿਰ ਕਵਰ ਕੀਤਾ ਆ। ਇਸ ਕਰਕੇ ਜਿਹੜੇ ਕੋਈ ਗਲੀ ਮਹੱਲੇ ਦਾ ਤਾਂ ਮੈਂ ਕਹਿ ਨਹੀਂ ਸਕਦਾ, ਲੇਕਿਨ ਮੇਨ ਸਾਰੇ ਚੌਂਕ ਆਲਾ ਦੁਆਲਾ ਸ਼ਹਿਰ ਜਿੱਥੋਂ ਰੋਜ਼ ਲੋਕਾਂ ਦੀ ਮੂਵਮੈਂਟ ਹੁੰਦੀ ਆ ਉਹ ਹਰ ਚੀਜ਼ ਜਿਹੜੀ ਆ ਕਵਰ ਆ। ਫਾਇਦਾ ਹੋ ਗਿਆ ਕੈਮਰੇ ਲਗਾਉਣ ਨਾਲ, ਪੁਲਿਸ ਨੂੰ ਕਿੰਨਾ ਕੁ ਫਾਇਦਾ ਹੋ ਜਾਊਗਾ, ਕ੍ਰਾਈਮ 'ਚ ਠੱਲ ਪਾਉਂਦਾ ਤੁਸੀਂ? ਪੂਰੇ ਸ਼ਹਿਰ ਨੂੰ ਬੜਾ ਫਾਇਦਾ ਜੀ, ਪੁਲਿਸ ਨੂੰ ਤਾਂ ਬਹੁਤ ਜ਼ਿਆਦਾ ਫਾਇਦਾ, ਪੂਰੇ ਸ਼ਹਿਰ ਨੂੰ ਬੜਾ ਫਾਇਦਾ ਆ। ਹਰ ਲੋਕ ਆਪਣੇ ਆਪ ਨੂੰ ਜਿਹੜੇ ਆ ਇਹ ਸਮਝਣਗੇ ਕਿ ਪੂਰੀ ਅਸੀਂ ਸੁਰੱਖਿਅਤ ਹਾਂ, ਅਤੇ ਜੇ ਕਿਤੇ ਵੀ ਕੋਈ ਕਿਸੇ ਨੂੰ ਕੋਈ ਆ ਕੇ ਲੜਾਈ ਝਗੜਾ ਕਰਦਾ ਤਾਂ ਸਾਡੇ ਕੋਲ ਐਜ਼ ਰਿਕਾਰਡ ਵੀ ਹੋਊਗਾ ਆ। ਅਤੇ ਕਈ ਜਗ੍ਹਾ 'ਤੇ ਲੋਕ ਜਿਹਦੇ ਆ ਕੇ ਕੋਈ ਗੱਲ ਕਿਸੇ ਦੇ ਪੈ ਜਾਂਦਾ ਜਾਂ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਹੁਣ ਉਹਦੇ ਵਾਸਤੇ ਜਿਹੜਾ ਸਾਡੇ ਇੱਥੇ ਕੈਮਰੇ ਲੱਗਣਗੇ ਉਹ ਆਪਣੇ ਪੁਲਿਸ ਸਟੇਸ਼ਨ 'ਤੇ ਜਾਣਗੇ, ਉੱਥੋਂ ਆਲਰੇਡੀ ਸਾਡੀਆਂ ਟੀਮਾਂ ਇੱਥੇ ਲੱਗੀਆਂ ਹੋਣਗੀਆਂ, ਸਾਰੀ ਦੀ ਸਾਰੀ ਰਿਪੋਰਟ ਜਿਹੜੀ ਪੁਲਿਸ ਸਟੇਸ਼ਨ 'ਤੇ ਭੇਜਿਆ ਜਾ ਕਰੂਗੀ। ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਸਰਕਾਰ? ਹਾਂ, ਸ਼ਹਿਰ ਵਾਸੀਆਂ ਨੂੰ ਮੇਰੀ ਇਹ ਅਪੀਲ ਆ ਕਿ ਹੁਣ ਇਹ ਆਉਣ ਵਾਲੇ ਦਿਨਾਂ 'ਚ ਸਾਰੇ ਕੈਮਰੇ ਚਾਲੂ ਹੋ ਜਾਣੇ ਆ। ਇਸ ਕਰਕੇ ਆਪਣੀ ਆਦਤ ਨੂੰ ਆਪਾਂ ਚੇਂਜ ਕਰੀਏ, ਜਿੱਥੇ ਵੀ ਕਿਤੇ ਕੋਈ ਰੈੱਡ ਲਾਈਟ ਜਾਂ ਕਿਤੇ ਵੀ ਆਪਾਂ ਕੋਈ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਉਹਨੂੰ ਆਪਾਂ ਆਪਣੇ ਸੁਧਾਰ ਲਈਏ ਤਾਂ ਜੋ ਕਿ ਆਪਣੇ ਇਹੋ ਜਿਹਾ ਨਾ ਹੋਵੇ ਕਿ ਆਪਣੇ ਘਰ ਚਲਾਉਣ ਦੇ ਚਲਾਨ ਆਉਣਾ ਸ਼ੁਰੂ ਹੋ ਜਾਵੇ। ਇਸ ਕਰਕੇ ਆਪਾਂ ਉਸ ਚੀਜ਼ ਨੂੰ ਆਪਣੇ ਆਪ ਨੂੰ ਸੁਧਾਰੀਏ। ਜੇ ਜਦੋਂ ਲੱਗ ਗਈ ਟ੍ਰੈਫਿਕ ਦੇ ਵਿੱਚ ਇਹਦੇ ਫਿਰ ਚਲਾਨ ਜਦੋਂ ਕੋਈ ਰੈੱਡ ਲਾਈਟ ਕਰਦਾ ਫਿਰ ਘਰ ਦੇ ਚਲਾਨ ਪੁੱਜੂਗਾ ਜੀ? ਤਾਂ ਬਿਲਕੁਲ ਜੀ, ਆਪਾਂ ਜਦੋਂ ਚਾਲੂ ਹੋ ਗਿਆ ਅਤੇ ਉਹਦੇ 'ਤੇ ਨਾਲ ਦੀ ਨਾਲ ਜਿਹੜਾ ਕਰੂਗਾ ਅਤੇ ਉਹਦੇ 'ਤੇ ਇੱਕ ਤੁਹਾਨੂੰ ਡੈਮੋ ਦਿੱਤਾ ਜਾਊਗਾ, ਇਸ ਤਰ੍ਹਾਂ ਪਹੁੰਚਦਾ ਆ। ਇਸ ਕਰਕੇ ਹੁਣ ਇਸੇ ਲਈ ਆਪਾਂ ਤੁਸੀਂ ਅੱਜ ਆਏ ਹੋ ਅਤੇ ਜਿਹੜੀ ਤੁਸੀਂ ਕਵਰੇਜ ਕੀਤੀ ਆ ਇਹਦੇ ਨਾਲ ਮੈਂ ਇਹ ਚਾਹੁੰਦਾ, ਅਪੀਲ ਕਰਨੀ ਚਾਹੁੰਦਾ ਸ਼ਹਿਰ ਵਾਸੀਆਂ ਨੂੰ ਕਿ ਆਪਾਂ ਆਪਣੇ ਆਪ ਨੂੰ ਚੇਂਜ ਕਰਕੇ ਆਪਣੀ ਆਦਤ ਇਸ ਤਰ੍ਹਾਂ ਦੀ ਬਣਾ ਲਈਏ ਕਿ ਆਪਾਂ ਨੂੰ ਕਿਸੇ ਇਸ ਤਰ੍ਹਾਂ ਦਾ ਚਲਾਨ ਦਾ ਜਾਂ ਕਿਸੇ ਤਰ੍ਹਾਂ ਦਾ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।